ਅੱਗ ਮੈਂ 3 ਵਾਰੀ ਬਾਲ ਬੈਠਾ ਵਾ, ਮੈਨੂੰ ਲੱਗਦਾ ਵੀ ਆ ਵੀ ਬੁਝਣ ਤੇ ਆ ਗਈ ਗਾਹਕ, ਅਜੇ ਤੱਕ ਨਹੀਂ ਆਇਆ ਮੇਰਾ। ਚਲੋ ਜੀ ਮਜ਼ਦੂਰੀ ਹੈ, ਅੱਲਾਹ ਤਾਲਾ ਦੀ ਰਹਿਮਤ ਨਾਲ ਜੇ ਅੱਡਾ ਲਾ ਲਿਆ ਤੇ ਗਾਹਕ ਵੀ ਆਪੇ ਹੀ ਆਜੂ। ਹਾਂ ਕੋਈ ਐਸੀ ਗੱਲ ਨਹੀਂ। ਹੈਲੋ ਓ ਭਾਈ, ਓ ਆ ਛਾਬਾ ਚੁੱਕ ਯਾਰ, ਗੱਡੀ ਕੱਢਣੀ ਇੱਥੋਂ। ਗੱਡੀ ਛਾਬੇ ਦੇ ਵਿੱਚੋਂ ਦੀ ਕੱਢਣੀ ਮੀਆਂ ਸਾਹਿਬ? ਓ ਕਟਾਈ ਨਹੀਂ ਹੁੰਦੀ ਸਹੀ ਤੇਰਾ, ਤੂੰ ਇੱਥੇ ਲਾ ਕੇ ਬੈਠਾ ਸਵੇਰ ਦਾ। ਓ ਮੀਆਂ ਸਾਹਿਬ ਐਵੇਂ ਗੁੱਸਾ ਨਾ ਕਰਿਆ ਕਰੋ, ਜੇ ਤੁਹਾਡੇ ਸਿਰ ਤੇ ਅਸੀਂ ਅੱਡਾ ਲਾ ਕੇ ਬੈਠੀ ਦਾ ਇੱਥੇ। ਹੁਣ ਛਾਬਾ ਮੈਂ ਬੇੜਾ ਕਰੇ ਕਰਦੇ ਸਾਡੇ ਸਿਰ ਤੇ ਲਾ ਮੇਰਾ, ਬਈ ਕਿਹੜਾ ਛਾਬਾ ਰਮਾਉਣ ਵਾਲਾ ਵੀ ਮੈਂ ਜਿੱਦਾਂ ਨੂੰ ਮਰਜ਼ੀ ਘੁਮਾ ਲਵਾਂ। ਗੱਡੀ ਦੀ ਕਟਾਈ ਨਹੀਂ ਸਹੀ ਹੁੰਦੀ, ਅੱਗੇ ਕਰ ਲਾ ਜ਼ਰਾ। ਤੂੰ ਗੱਡੀ ਛੋਟੀ ਲੈ ਲੈਣੀ ਸੀ, ਲੰਮੀ ਵੱਡੀ ਨਾਲ ਬਹੁਤੀ ਲੰਮੀ ਗੱਡੀ ਲੈਂਦਾ। ਮੈਂ ਬੁਲਾਉਣਾ ਮੁੰਡਿਆਂ ਨੂੰ ਜ਼ਰਾ। ਨਾ ਭਾਈ ਚਕਾਓ ਯਾਰ ਰਾਜਾ। ਨਹੀਂ 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 ਲੈ, ਗਾਹਕ ਇੱਕ ਨਹੀਂ ਆਇਆ ਤੇ ਛਾਬਾ ਵੀ ਚੁਕਾ ਦਿੱਤਾ ਅਗਲਿਆਂ ਨੇ। ਅਸਲਾਮੁਅਲੈਕਮ ਜੀ। ਵਾਲੇਕੁਮ ਸਲਾਮ। ਹੋਰ ਚਾਚਾ ਜੀ ਕੀ ਹਾਲ? ਅੱਲਾ ਦਾ ਬੜਾ ਹੀ ਸ਼ੁਕਰ ਆ। ਮਿੱਠੇ ਚਨੇ ਕਿੱਦਾਂ ਲਾਏ ਭਾਜੀ? ਹਾਂ ਮਿੱਠੇ ਚਨੇ ਚਾਚਾ ਜੀ ਕਿੱਦਾਂ ਲਾਏ? ਇਹ ਚਨੇ ਕਿੱਦਾਂ ਲਾਏ ਨੇ? ਚਨਿਆਂ ਦੇ ਉੱਤੇ ਚਨੇ ਲਾਏ ਨੇ। ਤੈਨੂੰ ਨਜ਼ਰ ਨੀ ਕਾਕਾ ਆਉਣ ਡਿਆ? ਮੁਲਤਾਨ ਇੱਥੋਂ ਗੱਡੀ ਕਿੰਨੇ ਕੁ ਵਜੇ ਨਿਕਲਦੀ ਆ ਜੀ, ਟਾਈਮ ਪਤਾ ਕੋਈ? ਕਾਕਾ ਮੁਲਤਾਨ ਜਿਹੜਾ ਟਾਈਮ ਆ ਨਾ, ਹਾਂਜੀ, ਇਹ ਜਾਂਦਾ ਤਕਰੀਬਨ 12:30 ਵਜੇ। ਅੱਛਾ। ਹਾਂ 12:30 ਵਜੇ ਜਾਂਦਾ। ਮੈਂ ਕਿਹਾ 12:30 ਵਜੇ ਜਾਂਦਾ। ਉਹ ਸਾਡੇ ਹੋਈ ਨਹੀਂ ਸੀ ਨਾ ਮਰਗ। ਓਏ ਹੋਏ 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 ਦਾਦਾ ਜੀ ਬਹੁਤ ਹੋ ਗਏ। ਅੱਛਾ ਉਹ ਟੈਲੀਫੋਨ ਆਇਆ ਭਾਜੀ 12:00 ਤੇ 12:00 ਤੇ ਟਾਈਮ ਨਿਕਲਦਾ। ਬਸ ਸਾਨੂੰ ਪਤਾ ਨਹੀਂ ਸੀ। ਬੜਾ ਨਾ ਦੁੱਖ ਹੋਇਆ ਉਹਨਾਂ ਦਾ ਵੀ। ਇਹ ਜਿਸ ਤਰ੍ਹਾਂ ਤੁਸੀਂ ਚੁੱਕਣ ਨੇ ਦੁੱਖ ਮੈਨੂੰ ਵੀ ਹੋਣ ਡਿਆ। ਅੱਲਾ ਮੀਆਂ ਭਾਜੀ ਕਿਸੇ ਨਾਲ ਵੀ ਅਸੀਂ ਨਾ ਕਰੇ। ਹਾਏ ਹਾਏ ਤੰਦਰੁਸਤੀ ਬੜੀ ਚੀਜ਼ ਆ। ਲਓ ਇਹ ਤੰਦਰੁਸਤਾਂ ਤੇ ਅੱਡਾ ਲਾ ਕੇ ਬੈਠੇ ਆ। ਬਸ ਜੀ ਪਤਾ ਕੋਈ ਨਹੀਂ ਵੀ ਕਿੱਥੇ ਕਿਹੜੇ ਮੀਆਂ ਦੇ ਚਣੇ ਦੇਣੇ ਆ, ਜਾਨ ਨਿਕਲ ਜਾਣੀ ਆ। ਇਹ ਚੁੱਕਣ ਨਾਲ ਵੀ ਨਿਕਲ ਜਾਂਦੀ ਆ। ਤੇ ਚਾਚਾ ਜੀ ਪੱਕਾ ਟਾਈਮ ਹੁੰਦਾ? ਹੈਂ ਜਦੋਂ ਨੇ ਮੰਗਣੇ ਉਹਨਾਂ ਤੋਂ ਕਾਕਾ ਤਾਇਆ, ਜਿੰਨੀ ਵਾਰੀ ਵੀ ਆਉਂਦਾ ਸੀ ਖਾਲੀ ਹੱਥ ਆਉਂਦਾ ਸੀ ਘਰ, ਕੁਛ ਲੈ ਕੇ ਨਹੀਂ ਸੀ ਆਉਂਦਾ। ਇਹ ਮੈਨੂੰ ਤੂੰ ਕਾਹਦੀ ਮੁਸੀਬਤ ਪਾਤੀ? ਤਾਇਆ ਤੇਰਾ ਮਰਿਆ ਸੌਦਾ ਮੇਰਾ ਘਟਾਈ ਜਾਂਦਾ। ਦੇਖੋ ਜੀ ਅੱਜ ਬੰਦਾ ਕਿਸੇ ਦਾ ਅਹਿਸਾਸ ਕਰੇ, ਤੁਸੀਂ ਕਿਸੇ ਦਾ ਅਹਿਸਾਸ ਕਰੋਗੇ? ਕਾਕਾ ਤੇਰਾ ਅਹਿਸਾਸ ਮੈਨੂੰ 70 ਰੁਪਏ ਚ ਪੈ ਗਿਆ, ਸਮਝਿਆ ਗੱਲ? ਇਹ ਤਾਂ ਅੱਲਾ ਦੇ ਕੰਮ ਆ ਜੀ, ਅੱਲਾ ਦੇ ਕੰਮ ਆ। ਸੁੱਕੇ ਖਾਣ ਨਾਲ ਹਿੱਕ ਤੇ ਵੀ ਬਹਿ ਜਾਂਦੇ ਆ, ਸਾਹ ਵੀ ਬੰਦ ਹੋ ਜਾਂਦਾ ਇੱਥੋਂ। ਉਹਨੇ ਆਉਣਾ ਤਾਏ ਨੇ ਜੀ, ਨਿੱਕੇ ਨਿੱਕੇ ਹੁੰਦੇ ਸੀ ਉਹਨੇ ਕਹਿਣਾ ਕੋ ਮੰਗਣੇ ਨਾ ਸੀ, ਤੇ ਉਹਨੇ ਕਹਿਣਾ ਏਦਾਂ। ਇਹ ਚੀਜ਼ ਚੁੱਕਣ ਦੀ ਤੁਹਾਨੂੰ ਉਦੋਂ ਦੀ ਆਦਤ ਪਈ ਹੈ, ਜਿਵੇਂ ਚਾਹ ਤਾਏ ਕੋ ਪੈਸੇ ਫੜ ਲੈਂਦੇ ਸੀ ਏਦਾਂ ਚੀਜ਼ਾਂ ਚੁੱਕੀ ਜਾਂਦੇ ਆ। ਕਿੰਨੀ ਕੁ ਦੇਰ ਹੋ ਗਈ ਕੰਮ ਕਰਦਾ? ਕਿਉਂ ਕੋ ਮੈਨੂੰ ਗੌਰਮੈਂਟ ਜੋਬ ਲੈ ਕੇ ਦੇਣੀ ਤੂੰ? ਨਹੀਂ ਨਹੀਂ। ਹਾਂ ਫਿਰ ਵੀ ਨਿੱਕੇ ਨਿੱਕੇ ਹੁੰਦੇ ਸੀ ਜਦੋਂ ਆਉਂਦਾ ਹੁੰਦਾ ਸੀ ਨਾ ਚਾਚਾ ਜੀ ਲਾ। ਆਹੋ ਆਹੋ ਸਾਡੀ ਗਲੀ ਚ। ਅੱਛਾ ਆਪਾਂ ਗੁਲਾਮਾਬਾਦ ਰਹਿੰਦੇ ਆ ਨਾ। ਅੱਛਾ ਅੱਛਾ ਅੱਛਾ। ਹਾਂ ਤੁਸੀਂ ਕਿੱਥੇ ਰਹਿੰਦੇ? ਜਿਸ ਇਲਾਕੇ ਚ ਤੂੰ ਰਹਿਣਾ ਵੇ, ਹਾਂਜੀ ਮੈਨੂੰ ਲੱਗਦਾ ਪਾਲ ਵੀ ਏਦਾਂ ਹੀ ਗਏ ਆ ਤੂੰ।
ਖੈਰ ਚਾਚਾ ਨਹੀਂ ਲੈਂਦੇ ਜੀ ਆ ਗਏ ਤੂੰ ਗੁੱਸਾ ਕਰਦਾ ਜੀ ਅੱਲਾ ਮਾਫ਼ੀ ਦੇਵੇ ਅਸੀਂ ਕਿਹੜਾ ਵੀ ਬਾਕੀ ਇਹ ਵੀ ਤਾਇਆ ਬਹੁਤ ਚੰਗਾ ਹੁੰਦਾ ਸੀ ਤਾਇਆ ਨਾਲ ਬੜੀਆਂ ਬਾਰਾਂ ਕਾਕਾ ਅੱਛਾ ਜੀ ਹਾਂ ਸਾਡਾ ਤਾਇਆ ਹੈ ਨਹੀਂ ਬਹਾਰਾਂ ਹੀ ਹੈ ਨਹੀਂ ਬਿਲਕੁਲ ਜੀ ਉਹ ਤਾਂ ਹੁੰਦਾ ਹੀ ਆ ਤਾਏ ਹੁਣੇ ਕਾਕਾ ਰੋਡ 'ਚ ਹੱਥ ਪਾ ਕੇ ਸੱਪ ਫੜਨ ਡਿਆ ਤੂੰ ਵੀ ਛੱਡ ਦੇ ਤਾਇਆ ਤੇਰਾ ਮੈਂ ਕੋਈ ਨੁਕਸਾਨ ਪਹੁੰਚਾਇਆ ਤਾਏ ਨੂੰ ਉਹਦੇ ਚਾਰ ਮੁੰਡੇ ਆ ਕਿਹਦੇ ਤਾਏ ਦੇ ਤਾਏ ਦੇ ਹਾਂ ਉਹ ਜ਼ਮੀਨ ਹੈਗੀ ਆ ਕੋਈ 2 ਏਕੜ ਅੱਛਾ ਹੁੰਦਾ 2 ਏਕੜ ਇੰਨੀ ਜ਼ਮੀਨ ਤੇ ਚਾਰ ਪੁੱਤਰ ਹਾਂਜੀ ਉਹ ਤੇ 1-1 ਏਕੜ ਪਿੱਛੇ ਮਰ ਜਾਣਗੇ ਵੀ ਚਾਚਾ ਵੀ ਚਾਰੇ ਭਰਾ ਉਹ ਲੜਨ ਡਏ ਆ ਨਾ ਉਹ ਇੱਥੇ ਲੜਨ ਡਏ ਨੇ ਮੈਂ ਤੇਰੇ ਨਾਲ ਇੱਥੇ ਲੜਨਾ ਛੱਡ ਦੇ ਰੱਖ ਦੇ ਇਹਨਾਂ ਤੋਂ ਬਗੈਰ ਵੀ ਭਾਈ ਗੱਲ ਕਰ ਚੀਮਾ ਬ੍ਰਦਰ ਭਰਾ ਵੀ ਮੁਲਤਾਨ ਅਸਲ ਚ ਪਤਾ ਕੀ ਆ ਗੱਲ ਤੁਹਾਡਾ ਕੋਈ ਮਰਿਆ ਨਹੀਂ ਹੈਗਾ ਓ ਨੋ ਤੇ ਤੂੰ ਦੁਕਾਨ ਤੇ ਬਹਿ ਤੇਰੇ ਤਾਏ ਦੀ ਅਫਸੋਸ ਮੈਂ ਕਰਕੇ ਹੁੰਦਾ ਮਿਹਰਬਾਨੀ ਚਾਚਾ ਜੀ ਓਏ ਤੈਨੂੰ ਕੋਈ ਸ਼ਰਮ ਹਯਾ ਹੈ ਵਾਕਬ ਵੀ ਤੂੰ ਮੇਰਾ ਹੈ ਨਹੀਂ ਪਹਿਲਾ ਤੁਸੀਂ ਆਪ ਵੀ ਤਾਂ ਜਾਣਾ ਹੀ ਆ ਨਾ ਦੁਨੀਆ ਤੋਂ ਤੁਸੀਂ ਇਹ ਹੁਣ ਚਨੇ ਨਾ ਵੇਚਾਂ ਪਹਿਲੇ ਚਲੇ ਜਾਵਾਂ ਹੈ ਲਾਮੀਆਂ ਤੁਹਾਡੀ ਤੰਦਰੁਸਤੀ ਦੇਵੇ ਤੁਹਾਡੇ ਬੱਚਿਆਂ ਨੂੰ ਸਲਾਮਤ ਰੱਖੇ ਅਸੀਂ ਗੱਲ ਇਹ ਕਰਦੇ ਸੀ ਮੈਂ ਤੈਨੂੰ ਕਹਿਣਾ ਇਹਦੇ ਤੋਂ ਬਗੈਰ ਵੀ ਗੱਲ ਕਰ ਲਾ ਹੈ ਜੋ ਪੈਸੇ ਲਾਏ ਨੇ ਮੈਂ ਅੱਲਾ ਮਾਫੀ ਦੇਵੇ ਚਾਚਾ ਪੈਸਾ ਇੱਥੇ ਹੀ ਰਹਿ ਜਾਣਾ ਹਾਂਜੀ ਅਸੀਂ ਕਿਹੜਾ ਦੇਣਾ ਵਾ ਪੈਸਾ ਇੱਥੇ ਰਹਿ ਜਾਣਾ ਅਸੀਂ ਤੈਨੂੰ ਛੱਡ ਕੇ ਆ ਜਾਣਾ ਉਹ ਮਰਦੀ ਆ ਭਾਈ ਗੱਡੀ ਕਿੰਨੇ ਵਜੇ ਜਾਂਦੀ ਆ ਹੈ ਗੱਡੀ ਕਿੰਨੇ ਵਜੇ ਜਾਂਦੀ ਮੈਨੂੰ ਹੁਣ ਚਨਿਆਂ ਤੋਂ ਨਿਗਾਹ ਪਰਾਂ ਕਰਾਂ ਤੇ ਪਤਾ ਲੱਗੇ ਗੱਡੀ ਕਿੰਨੇ ਵਜੇ ਜਾਂਦੀ ਅਸੀਂ ਚਾਚਾ ਜੀ ਜਦੋਂ ਵੀ ਕੀਤਾ ਨਾ ਆਪਣੇ ਦਾ ਅਹਿਸਾਸ ਕੀਤਾ ਹਾਏ ਕਾਕਾ ਤੇਰਾ ਚਿਹਰਾ ਜਿਹੜਾ ਦੱਸਦਾ ਵੀ ਤੂੰ ਬਹੁਤ ਅਹਿਸਾਸ ਕੀਤਾ ਇਹ ਕਿੰਨੇ ਚ ਕਾਰੋਬਾਰ ਹੋ ਗਿਆ ਸ਼ੁਰੂ ਇਹ ਕਾਰੋਬਾਰ ਹੋ ਗਿਆ ਤਕਰੀਬਨ 15,000 ਚ 15,000 ਆ ਕਿੰਨੇ ਦਾ ਲਿਆ ਹੈ ਇਹ ਛਾਬਾ ਨਾਲ ਹੀ ਹੁੰਦਾ ਇਹਦੇ ਇਹਨੂੰ ਛਾਬਾ ਕਹਿੰਦੇ ਹਾਂ ਇਹਨੂੰ ਛਾਬਾ ਕਹਿੰਦੇ ਹੋਰ ਇਹਨੂੰ ਵੀਡੀਓ ਗੇਮ ਕਹਿੰਦੇ ਕਾਕਾ ਆ ਚਾਹ ਧਰੀ ਆ ਜੀ ਉਹ ਨਹੀਂ ਯਾਰ ਉਹ ਜਦੋਂ ਗਾਹਕ ਆਉਂਦਾ ਨਾ ਉਹ ਮੰਗਦਾ ਗਰਮ ਗਰਮ ਚਨੇ ਅੱਛਾ ਜੀ ਥੱਲੇ ਗਰਮ ਹੁੰਦੇ ਆ ਨਹੀਂ ਇਹਦੇ ਥੱਲੇ ਬਰਫ਼ ਲੱਗੀ ਹੁੰਦੀ ਹੈ ਬਈ ਤੈਨੂੰ ਮੈਂ ਕਹੀ ਜਾਂਦਾ ਕਾਕਾ ਇਹਦੇ ਹੱਥ ਤੇ ਲਾ ਇਹ ਆ ਦੇਖ ਇਹ ਅੱਗ ਵਾ ਅੱਗ ਆ ਆ ਸੇਕ ਆਉਣ ਡਿਆ ਆ ਵੀ ਗਰਮ ਮੈਂ ਕਿਹਾ ਸੇਕ ਆਉਣ ਡਿਆ ਹਾਂਜੀ ਹਾਂਜੀ ਸੇਕ ਆਉਣ ਡਿਆ ਹਾਂਜੀ ਹਾਂਜੀ ਇਹ ਤੇਰੇ ਕਾਕਾ ਮੂੰਹ ਨੂੰ ਸੇਕ ਪਿਆ ਵਾ ਗਮ ਦੇ ਵਿੱਚ ਕੋਈ ਪਤਾ ਨਹੀਂ ਲੱਗਦਾ ਲੈ ਤੂੰ ਦੇਖ ਲੈ ਕਿੱਡਾ ਤੇਜ਼ ਆ ਮੈਂ ਸਿਰਫ ਕੇਤਲੀ ਚੁੱਕੀ ਤੂੰ ਚਨੇ ਚੁੱਕ ਲੈ ਐਡੀ ਸਪੀਡ ਮਾਰੀ ਇੱਥੇ ਰੱਖ ਓਏ ਗੱਲ ਸੁਣ ਲਾ ਮੇਰੀ ਤੂੰ ਮੇਰਾ ਕਿਤੇ ਵੀ ਵਾਕਫ ਨਹੀਂ ਹੈਗਾ ਚੱਲ ਅਗਲੇ ਤੂੰ ਚੱਲ ਨਹੀਂ ਚਾਚਾ ਅਸੀਂ ਤਾਂ ਗੱਲ ਕਰਦੇ ਆ ਤੂੰ ਕੋਈ ਵੀ ਗੱਲ ਨਹੀਂ ਇੱਥੇ ਕਰਨੀ ਉਹ ਚਾਰਾਂ ਭਰਾਵਾਂ ਨੇ ਨਾ ਆਪਸ ਵਿੱਚ ਪਰਚੇ ਕਰਾਤੇ ਉਹ ਕਾਦੇ ਲਈ ਵੀ ਮੈਂ ਜ਼ਮੀਨ ਲੈਣੀ ਆ ਉਹ ਕਹਿੰਦਾ ਮੈਂ ਲੈਣੀ ਆ ਉਹ ਕਹਿੰਦਾ ਮੈਂ ਲੈਣੀ ਆ ਮੈਂ ਜ਼ਮੀਨ ਤੋਂ ਰੋਲਾ ਨਹੀਂ ਪਿਆ ਹਾਂ ਉਹ ਚੀਜ਼ ਚੁੱਕਣ ਤੋਂ ਰੋਲਾ ਪਿਆ ਉਹ ਕਹਿੰਦਾ ਪਹਿਲੇ ਮੈਂ ਚੁੱਕਣੀ ਨਾਲ ਦਾ ਕਹਿੰਦਾ ਪਹਿਲੇ ਮੈਂ ਚੁੱਕਣੀ ਤੂੰ ਉਹਨਾਂ ਦੀ ਔਲਾਦ ਆ ਨਹੀਂ ਤੁਸੀਂ ਸਮਝੇ ਨਹੀਂ ਮੈਂ ਸਮਝ ਗਿਆ ਤੁਸੀਂ ਸਿਆਣੇ ਬੰਦੇ ਹੋ ਕਾਕਾ ਗੱਲ ਸੁਣ ਲਾ ਮੇਰੀ ਮੇਰੀ ਐਵੇਂ ਮਤ ਨਾ ਮਾਰ ਮੈਂ ਇੱਥੇ ਬੈਠਾ ਮੈਂ ਦੁਕਾਨਦਾਰੀ ਤੇ ਮੈਨੂੰ ਬੈਠਾ ਰਹਿਣ ਦੇ ਜਾ ਯਾਰ ਤੁਰ ਫਿਰ ਜਾ ਚਾਚਾ ਜੀ ਅਸੀਂ ਤੁਹਾਡਾ ਅਹਿਸਾਸ ਕਰਦੇ ਹਾਂ ਕੀ ਮੇਰਾ ਅਹਿਸਾਸ ਕਰਨ ਡਿਆ ਅਸੀਂ ਇਹ ਪੁੱਛਣੇ ਆ ਵੀ ਇਹ ਕੰਮ ਕਿੱਦਾਂ ਮੁੱਕਣਾ ਚਾਹੀਦਾ ਉਹਨੂੰ ਜ਼ਿਆਦਾ ਦੇਣੀ ਚਾਣੀ ਹੈ ਕਿ ਸਾਡਾ ਵੀ ਹਿੱਸਾ ਵਾ ਤੈਨੂੰ ਮੈਂ ਇੱਕ ਤਰੀਕਾ ਦੱਸਾਂ ਹਾਂਜੀ ਤੂੰ ਇੱਕ ਲੈ ਪਿਸਤੌਲ ਅੱਛਾ ਤਾਇਆ ਵੀ ਮਾਰ ਤੇ ਭਤੀਜੇ ਵੀ ਉਹਦੇ ਮਾਂ ਪੁੱਤਰ ਮਾਰ ਸਾਰੀ ਜਾਇਦਾਦ ਦਾ ਇਕੱਲਾ ਹੀ ਵਾਰਸ ਬਣ ਜਾ ਅਸੀਂ ਤਾਂ ਚਾਚਾ ਜਦੋਂ ਵੀ ਸਿਆਣੇ ਕੋਲੋਂ ਮਸ਼ਵਰਾ ਮੰਗਿਆ ਵਾ ਜਿਹੜਾ ਤੂੰ ਮਸ਼ਵਰਾ ਮੰਗਣ ਡਿਆ ਨਾ ਮੈਂ ਤੇਰੇ ਕਾਕਾ ਦਿਮਾਗ ਚਿੱਟ ਮਾਰ ਦੇਣੀ ਆ ਉਹ ਮੈਨੂੰ ਕਾਹਦੇ ਲਈ ਨੁਕਸਾਨ ਪਹੁੰਚਾਈ ਜਾ ਰਹੇ ਆ ਦੱਸ ਤਾਇਆ ਤੇਰਾ ਮਰਿਆ ਤਾ ਤਾਏ ਦੇ ਪੁੱਤਰ ਤੇਰੇ ਆ ਉਹ ਤੇ ਮੇਰਾ ਕੀ ਕਸੂਰ ਆ ਮੇਰੇ ਚਨੇ ਕਾਹਦੇ ਲਈ ਮਕਾਨ ਡਿਆ ਨਹੀਂ ਗਾਂਦੇ ਚਾਚਾ ਅਸੀਂ ਉਹਨਾਂ ਮਾਫੀ ਦੇਵੇ ਕਿਤੇ ਭੱਜ ਜਾਣਾ ਯਾਰ ਭੱਜਿਆ ਹੀ ਆ ਜਦੋਂ ਵੀ ਬੰਦਾ ਹੁੰਦਾ ਨਾ ਕਿਤੇ ਗੱਲ ਸੁਣਾ ਮੇਰੀ ਤੂੰ ਜਗ੍ਹਾ ਹੀ ਸਿਰਫ ਬਦਲਦਾ ਮੈਂ ਤੂੰ ਜਾਂਦਾ ਕਿਉਂ ਨਹੀਂ ਇੱਧਰਲੀ ਸਾਈਡ ਤੋਂ ਆਇਆ ਨਾ ਕਦੀ ਇੱਧਰਲੀ ਸਾਈਡ ਤੇ ਆ ਜਾਂਦਾ
ਅਸਲਾਮੁਅਲੈਕੁਮ ਜੀ। ਵਾਲੇਕੁਮ ਸਲਾਮ ਭਾਜੀ। ਮਾਸ਼ਾਅੱਲਾ, ਫਤਰਾਨਾ ਲੈਣ ਲਈ ਬੈਠੇ ਤੁਸੀਂ? ਹਾਂ ਲੈ ਭਾਈ, ਤੇਰਾ ਦਿਮਾਗ ਠੀਕ ਆ? ਮੈਂ ਦੁਕਾਨਦਾਰੀ ਲਾ ਕੇ ਬੈਠਾ। ਮੈਂ ਤਾਂ ਭਾਜੀ ਮਰਗ ਤੇ ਚੱਲਾ ਵਾ, ਤਾਇਆ ਜੀ ਫੌਤ ਹੋ ਗਏ। ਅੱਛਾ। ਤੇ ਉਹਨਾਂ ਨੇ ਕਿਹਾ ਵੀ 2 ਵਜੇ ਦੀ ਪਹੁੰਚ ਦੇ ਰਾਤ ਨੂੰ, ਵੀ ਜਨਾਜ਼ਾ ਚੁੱਕ ਲੈਣਾ। ਤਾਏ ਨੇ ਤੈਨੂੰ ਕਿਹਾ ਸੀ ਖਾਲੀ ਪੇਟ ਨਾ ਆਵੀਂ, ਇੱਥੋਂ ਖਾ ਕੇ ਜਾਣਾ ਸਾਰਾ ਕੁਝ, ਹੈਂ? ਤੈਨੂੰ ਸਮਝ ਨਹੀਂ ਆਉਂਦੀ? ਤੂੰ ਮੇਰਾ ਬੇੜਾ ਗਰਕ ਕਰੀ ਜਾਣਨੇ, ਪਰ ਪਿਆ ਮੈਨੂੰ ਇੱਕ ਨਹੀਂ ਬਿਠਾਇਆ। ਬਾਊ ਜੀ ਤੁਸੀਂ ਕਿੱਥੇ ਜਾਣਾ? ਮੈਂ ਭਾਜੀ ਕਿਤੇ ਵੀ ਨਹੀਂ ਜਾਣਾ। ਕੀ ਮਤਲਬ ਤੁਸੀਂ ਕਰਦੇ ਕੀ ਪਏ? ਉਹ ਭਾਣ ਤਾਇਆ ਨੇ ਬਹੁਤ ਹੋ ਗਿਆ ਸੀ, ਉਹ ਗੱਡੀ ਜਾਣੀ ਸੀ 12 ਵਜੇ ਚਾਚਾ। ਤੈਨੂੰ ਮੈਂ ਗੱਡੀ ਤੇ ਥੱਲੇ ਤੇ ਦੇਣਾ, ਗੱਲ ਸੁਣ ਲੈ। ਮੇਰੇ ਬਾਗਬ ਦਾ ਡਰਾਈਵਰ ਵੀ ਤੇ ਕਲੀਨਰ ਵੀ। ਓਏ ਹੋਏ ਹੋਏ, ਚਨੇ ਭਾਜੀ ਲਾਏ ਨੇ? ਨਹੀਂ ਭਾਜੀ, ਬਾਲੂ ਆਂਡੇ ਲਾਏ ਨੇ, ਚਨੇ ਲਾਏ ਨੇ। ਇਹ ਕੀ ਕਿਲੋ ਵਾ? ਕੀ ਆਪਣੀ ਸਾਈਡ ਵਾਲਾ ਬੰਦਾ ਇੱਧਰ ਪਾਤਾ? ਕਿਲੋ ਕੀ ਰੇਟ ਹੈ ਭਾਜੀ? 500 ਰੁਪਏ ਕਿਲੋ। ਖਿੱਲਾਂ ਨੇ? ਖਿੱਲਾਂ ਨੇ? ਹਾਂਜੀ ਖਿੱਲਾਂ ਵਾ। ਕਿਉਂ ਤੁਹਾਡੇ ਮੂੰਹ ਤੇ ਖਿੱਲਾਂ ਵੱਜਣ ਡਈਆਂ ਵਿੱਚ? ਆ ਲੈ। ਓ ਭਾਈ ਕੀ ਕਰੀ ਜਾਣਨੇ, ਉਧਰ ਨੂੰ ਝਾੜ ਲਾ। ਲੈ ਭਾਈ ਨੂੰ ਚੈੱਕ ਕਰਨਾ ਨਾ। ਲੈ ਚੈੱਕ ਕਰਨੇ ਆ। 500 ਰੁਪਏ ਕਿਲੋ? ਕਿਲੋ ਸਹੀ ਹੈ, ਠੀਕ ਆ। ਉਹਨੂੰ ਇੱਕ ਮੌਕਾ ਦੇਣਾ ਚਾਹੀਦਾ। ਓ ਨੋ, ਇਹ ਸਹੀ ਨਹੀਂ ਭਾਈ। ਮੈਂ ਅੱਗੇ ਦੇਖ ਲੈਣਾ। ਅੱਗੇ ਦੇਖ ਲੈ ਇੱਥੋਂ ਹੀ। ਕੀ ਗੱਲ, ਸੌਦਾ ਸਹੀ ਨਹੀਂ ਤੇਰਾ, ਗਾਹਕ ਉੱਠ ਕੇ ਚਲੇ ਗਿਆ। ਕਾਕਾ ਤੂੰ ਮੈਨੂੰ ਪਹਿਲੇ ਦੱਸ, ਨੇਰ ਚੱਲਣ ਡਿਆ? ਕਦੀ ਤੂੰ ਇੱਧਰ ਆ ਜਾਂਦਾ, ਕਦੀ ਉੱਧਰ ਚਲੇ ਜਾਂਦਾ। ਗੱਡੀ ਦਾ ਵੇਟ ਕਰਨ ਡਿਆ ਚਾਚਾ? ਤੇ ਗੱਡੀ ਦਾ ਜਾ ਕੇ ਵੇਟ ਸਟੈਂਡ ਦੇ ਕਰਕੇ ਮੇਰੇ ਕੋਲ ਬਹਿ ਕੇ ਕਰਨਾ? ਉੱਥੇ ਕਰ ਜਿੱਥੇ ਬਹਿਣਾ ਵਾ। ਚੱਲ ਤੇਰੇ ਨਾਲ ਚਾਚਾ, ਗਮ ਦੇ ਵਿੱਚ ਕਿਸੇ ਦਾ ਸਾਥ ਦੇਈਦਾ ਹੁੰਦਾ। ਅੱਛਾ, ਜੇ ਤੇ ਮੈਂ ਗਮਾਂ 'ਚ ਸਾਥ ਦਵਾਂ ਤੇ ਮੈਂ ਘਰ ਬੱਚਿਆਂ ਲਈ ਕੀ ਲੈ ਕੇ ਜਾਣਾ? ਗਮ ਗਮ ਪਾਣੀ ਹੈਗਾ? ਪਾਣੀ ਹੈਗਾ, ਆ ਪਿਆ ਵਾ। ਦੇਖਿਆ ਨਾ, ਵੱਡਾ ਫੱਕਾ ਮਾਰਿਆ ਫਸ ਗਏ ਨਾ। ਇਹ ਹੁੰਦਾ ਫ੍ਰੀ। ਉਹ ਭਾਈ ਮੇਰਾ ਪਾਣੀ ਆ, ਆਪਣਾ ਪਾਣੀ ਪੀ ਜਾ ਕੇ। ਮੈਂ ਤਾਂ ਟੈਸਟ ਕਰਾਉਣ ਲਈ ਰੱਖਿਆ ਲਾ। ਓਏ ਓ ਭਾਈ, ਉਹ ਦੇਖੋ ਕਿਹੜੀ ਗੱਲ, ਮੈਂ ਪੀਣ ਵਾਸਤੇ ਰੱਖਿਆ। ਹਾਏ ਹਾਏ ਤਾਇਆ, ਕਿੱਥੇ ਛੱਡ ਗਿਆ ਕੱਲ? ਇਹਨਾਂ ਦਾ ਕੀ ਰੇਟ ਹੈ? ਇਹਨਾਂ ਦਾ ਕੀ ਰੇਟ? ਭਾਜੀ ਮੇਰੀ ਗੱਲ ਸੁਣ, ਰੇਟ ਜਿਹੜਾ ਵਾ ਇਹਨਾਂ ਦਾ ਮੈਨੂੰ ਪਤਾ ਕੀ ਹੈ। ਇਹ ਜਿਹੜਾ ਤੁਸੀਂ ਰੇਟ ਲਾਉਂਦੇ ਆ, ਕਿਤੇ ਵੀ ਰੇਟ ਹੈ ਨਹੀਂ। ਨਹੀਂ, ਇਹ ਜਿਹੜੇ ਮਿੱਠੇ ਨੇ ਇਹਨਾਂ ਦਾ ਕੀ ਰੇਟ ਹੈ? ਕੀ ਰੇਟ ਭਾਜੀ? ਆ ਜਿਹੜੇ 70 ਰੁਪਏ ਕਿਲੋ, ਉਹ ਮੂੰਹ ਦੇ ਹਿਸਾਬ ਨਾਲ ਪੱਕਾ ਮਾਰਨ ਡਿਆ ਯਾਰ। ਬਸ ਯਾਰ, ਦਿਲ ਘਟਦਾ ਸੀ। ਹੁਣ ਦਿਲ ਤੇਰਾ ਇੱਥੇ ਘਟਣ ਡਿਆ ਵਾ, ਹੈਂ? ਤੂੰ ਕਿਹੜੀ ਮੁਸੀਬਤ 'ਚ ਪਾਇਆ ਮੈਨੂੰ? ਤੈਨੂੰ ਕੋਈ ਹਜ਼ਾਰ ਸ਼ਰਮ ਹੈ ਵਾ? ਉਹ ਚਬਰੇ ਜੇ ਰੱਜ ਗਏ ਤੇ ਜਾ, ਮੈਨੂੰ ਵੀ ਖਾ ਲੈਣ। ਵਾਹ ਜੀ ਵਾਹ, ਇਹ ਸਲਾਨੀ ਵਾਲੇ ਤਾਂ ਤੁਸੀਂ ਬੈਠੇ ਹੋਏ ਹੈ। ਤਾਇਆ ਉਹਨਾਂ ਨੇ, ਉਹ ਤੇਰੇ ਤਾਏ ਨੂੰ ਅੱਗ ਲੱਗੇ, ਛੁਰੀ ਫੇਰੇ ਤੇਰੇ ਤਾਏ ਨੂੰ। ਉਹ ਤੇਰਾ ਤਾਇਆ ਤਾਂ ਮੈਨੂੰ ਕਿਤੇ ਮਿਲਿਆ ਵੀ ਨਹੀਂ। ਓਏ ਗੱਲ ਚੱਲ, ਚਾਚੇ ਦੇ ਮੁਤਲਕ ਗੱਲ ਕੋਈ ਨਾ ਕਰੀ। ਇੱਕੋ ਹੀ ਨਾੜ ਹੈ ਤੁਹਾਡੀ? ਇਹਦਾ ਤਾਇਆ ਸੀ, ਮੇਰਾ ਚਾਚਾ ਸੀ। ਇਹ ਤੁਸੀਂ ਇੱਕ ਹੀ ਹੋ? ਨਹੀਂ, ਉਹਦਾ ਤਾਇਆ ਸੀ, ਮੇਰਾ ਚਾਚਾ ਸੀ। ਤੇ ਫੇਰ ਇੱਕ ਹੀ ਹੋਏ? ਇੱਕ ਕਿੱਦਾਂ ਹੋਏ? ਬਸ ਉਹ ਵੀ ਫ੍ਰੀ ਖਾਣ ਡਿਆ। ਜਦੋਂ ਵੀ ਅਸੀਂ ਕਿਤੇ ਵੀ ਗਏ ਆ ਨਾ, ਬਿੱਲੀ ਆ ਤੂੰ ਅੱਗੇ ਨੂੰ ਜਾਈ ਜਾਣਦੇ ਆ। ਇੱਥੇ ਬਹਿ ਜਾ ਜਾਂ ਤੂੰ ਨਿਕਲ ਜਾ ਯਾਰ। ਤੁਸੀਂ ਚੰਗਾ ਹੈਗੀ 1000 ਰੁਪਏ ਦੀ ਹੈ? ਭਾਨ 1000 ਰੁਪਏ ਦੀ ਭਾਨ? ਨਹੀਂ 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 ਨਹੀਂ, ਇੰਨੇ ਤਾਂ ਵੱਟੇ ਨਹੀਂ ਭਾਜੀ। ਮੈਂ ਕਿਹਾ ਚਲੋ ਤੁਹਾਨੂੰ ਪੈਸੇ ਬਟਾਏ ਦਿੰਦੇ। ਨਹੀਂ ਨਹੀਂ, ਖੁੱਲੇ ਹੈ ਨੀ? ਨਹੀਂ ਤੇ ਤੜਾ ਲਿਓ ਜਾ ਕੇ। ਹੈਲੋ ਹੈਲੋ, ਉਹ ਯਾਰ 10,000 ਰੁਪਏ ਨਾ ਜਾਇਜ਼ ਕੈਸ਼ ਕਰ ਦਿੰਦੇ। ਭਾਨ ਹੈਗੀ 10,000 ਦੀ? ਉਹਨਾਂ ਨੂੰ ਨਾਲ ਕਿਹਾ ਮੈਂ 30 ਤੇ ਚਨੇ ਖਾਦੇ, ਉਹ ਵੀ ਨਾਲ ਹੀ ਭੇਜ ਦੇਣ। ਚਨੇ ਤੇਰੇ ਮਜ਼ੇਦਾਰ ਆ ਵੈਸੇ। ਹਾਂਜੀ ਹਾਂਜੀ ਭਾਜੀ,
ਅਸੀਂ ਅੱਲਾ ਦੀ ਰਹਿਮਤ ਨਾਲ ਤਾਜ਼ਾ ਸੌਦਾ ਲਿਆਈ ਨਾ ਤਾਜ਼ਾ। ਹਾਂ ਚੰਗਾ ਕਰੋ, ਦਾਲ ਵੀ ਚੰਗੀ ਹੈ। ਹਾਂ ਅੱਛਾ, ਸ਼ਕਲੋ ਨਹੀਂ ਤੂੰ ਲੱਗਦਾ ਕਿ ਸੌਦਾ ਚੰਗਾ ਵੇਚਦਾ ਹੋਏਗਾ ਭਾਜੀ? ਤੇ ਸ਼ਕਲ ਨਾਲ ਕੀ ਤਲਕ ਹੋਇਆ, ਆ ਤੁਸੀਂ ਸ਼ਕਲੋਂ ਲੱਗਦਾ ਵੀ ਖਾਣ ਵਾਲੇ ਫ੍ਰੀ। ਕਾਕਾ ਤੇਰਾ ਵਿੱਚ ਠੀਪਾ ਡਿੱਗ ਪਿਆ, ਤੂੰ ਮਿੰਟ ਬਾਅਦ ਵਿੱਚ ਹੱਥ ਮਾਰਨਾ। ਨਹੀਂ ਮੈਂ ਕੁਲਾਂ ਦੇ ਚਾਬਾ ਹੀ ਉੱਥੇ ਲਿਆ ਹੁੰਦਾ। ਹਾਂ ਤੁਸੀਂ ਕੰਮ ਹੀ ਮੁਕਾ ਦੋ, ਪਿੱਛੇ ਪਿੱਛੇ ਖਤਮ ਦਬਾ ਕੇ ਨਾ ਤੇ ਸਾਰੇ ਮਹਿਮਾਨ ਚਾਬੇ ਵਾਲ ਨੂੰ ਛੱਡ ਦੋ। ਨਹੀਂ ਤੁਸੀਂ ਇੰਜ ਕਰੋ ਨਾ, 20 ਕਿਲੋ ਐ ਕਰੋ। ਕਿਹੜੇ? ਉਹ ਭਾਈ ਮੁੱਠ ਤੇ ਛੋਟੀ ਭਰ ਲਾ, ਇੰਨੇ ਕੁ ਤੇ ਹੈ ਅੱਗੇ ਪਹਿਲੇ ਵੀ, ਮੁੱਠ ਤੇ ਛੋਟੀ ਕਰ ਲਾ। ਤੇਰਾ ਦਿਮਾਗ ਠੀਕ ਹੈ ਯਾਰ? ਹੈ 20 ਕਿਲੋ ਮੈਂ ਕਾਹਦੇ ਨਾਲ ਕਰ ਲਾ, ਮੈਂ ਥੱਲੇ ਖੜਾ ਵੀ ਉਹਦੇ ਖੂਹ ਕੱਢਿਆ ਹੋਇਆ, ਚਾਬੇ ਤੇ ਜਿਹੜੇ ਹੈ ਉਹ ਹੀ ਦੇਣੇ ਮੈਂ। ਗਰੀਬ ਆਦਮੀ ਹੈ ਯਾਰ ਚਾਚਾ, ਇੱਧਰ ਆ ਤੈਨੂੰ ਇੱਥੇ ਆ, ਇੱਥੇ ਆ ਕੇ ਦੇਖ ਲੈ। ਮੈਂ ਕਹਿੰਦਾ ਮਿੱਠੇ ਚੈੱਕ ਕਰ ਲਵਾਂ ਪਹਿਲੇ। ਉਹ ਤੈਨੂੰ ਕਿਤੇ ਇੱਕ ਜਗ੍ਹਾ ਤੇ ਬਹਿ ਨਹੀਂ ਹੁੰਦਾ, ਕਰੰਟ ਪੈਂਦਾ ਤੈਨੂੰ ਵੀ, ਕਦੀ ਇੱਧਰ ਨੂੰ ਤੇ ਕਦੀ ਉੱਧਰ ਨੂੰ। ਗਰੀਬ ਆਦਮੀ ਆ, ਵੱਡੇ ਨੇ ਸਾਡੇ, ਮਾਫੀ ਦਵੇ ਅਸੀਂ ਇਹਨਾਂ ਦੇ, ਇਹਨਾਂ ਦੇ ਪੈਟਰੋਲ ਪੰਪ ਆ ਜਿਹੜੇ ਮੇਰੇ ਕੋਲ ਬੈਠੇ ਆ। ਅਸੀਂ ਨਾ ਚਾਚਾ ਕਿਸੇ ਦਾ ਹੱਕ ਨਹੀਂ ਖਾਦਾ, 10 ਕਿਲੋ ਵੱਧ ਜਾਣੇ ਹੈ, ਅਸੀਂ ਕਿਸੇ ਦਾ ਹੱਕ ਨਹੀਂ ਖਾਦਾ। ਕਾਕਾ ਇਹਨਾਂ ਦੇ ਨਾਲ ਨਾ ਤੇਰਾ ਕੋਈ ਮਸਲਾ ਗਲਤ ਹੋ ਜਾਣਾ ਵਾ, ਆ ਮੇਰੀ ਗੱਲ ਸੁਣ ਲਾ। ਦਮ ਨਹੀਂ ਦੇਖਿਆ ਜਾਂਦਾ ਚਾਚਾ, ਆ ਮੇਰੇ ਕੋਲ ਅੱਲਾ ਦੀ ਕਸਮ ਮੈਂ ਖਾਂਦਾ ਵੀ ਨਹੀਂ ਦੇਖਿਆ। ਅੱਜ ਤਾਂ ਮੇਰੀ ਦੇਣੀ ਦੁਕਾਨ ਲਿਆ ਦੁਕਾਨ ਤੋਂ, ਆ ਮੇਰੇ ਕੋਲ ਵੀ ਨਹੀਂ ਦੇਖ ਹੋਣ ਡਿਆ। ਆ ਤੇਰਾ ਤਾਇਆ ਉੱਥੇ ਮਰਿਆ, ਉਹਦੀ ਜਾਨ ਨੂੰ ਰੋਣ ਡੇ, ਉਹ ਮੈਂ ਇੱਥੇ ਬੈਠਾ ਤੇਰੀ ਜਾਨ ਨੂੰ ਰੋਣ ਡਿਆ। ਕੀ ਹੋਇਆ? ਓ ਨੋ, ਮੈਂ ਕਹਿੰਦਾ ਚਾਚਾ ਜੀ ਲੱਗਦੇ ਕਿੱਦਾਂ ਦੇ ਹੋ? ਇੰਨਾ ਨਹੀਂ ਲਾਹੇ ਵੀ ਇੰਨਾ ਹੈ, ਤੁਸੀਂ ਇੱਥੇ ਬੈਣ ਮੂਣ ਪਾ ਲਵੋ ਤੇ ਖਤਮ, ਉੱਥੇ ਦਵਾ ਦੇ। ਨੱਕ ਚ ਰੂਹ ਹੋਵੇ ਕਿੱਡਾ ਸੋਹਣਾ, ਉਹ ਤੇਰਾ ਬੇੜਾ ਗਰਕ ਹੋਵੇ, ਤੇਰਾ ਖਾਣਾ ਖਰਾਬ ਹੋਵੇ, ਮੇਰੇ ਨੱਕ ਚ ਰੂਹ ਦੇਣ ਡੇ ਆ, ਹੈ ਮੇਰੇ ਨੱਕ ਚ ਬੁਲਬਲੇ ਬਾਹਰ ਆਉਣ ਡੇ। ਆ ਭਾਈ, ਉਹ ਭਾਈ ਕੀ ਹੋਇਆ ਤੁਹਾਨੂੰ? ਯਾਰ ਮੇਰੀ ਗੱਲ ਸੁਣੋ, ਮੇਰਾ ਇੱਥੇ ਵਾਕਫ ਨਹੀਂ ਲੈਦਾ ਗੱਲ ਆ, ਹੈ ਤੁਸੀਂ ਮੇਰੀ ਦੁਕਾਨ ਤੇ ਆਣ ਕੇ ਕੀ ਕਰਨ ਡੇ? ਮੇਰਾ ਚਾਚਾ ਮਰ ਗਿਆ, ਤੂੰ ਅੱਗੇ ਗੱਲਾਂ ਕਰ। ਉਹ ਚਾਚਾ ਤੁਹਾਡਾ ਉੱਥੇ ਮਰਿਆ, ਇੱਥੇ ਤੇ ਮੈਨੂੰ ਮਾਰਨ ਤੁਰੇ ਆ ਨਹੀਂ ਦਿਓ ਚਾਚਾ, ਸਿਰੋਂ ਦਾ ਕੁਝ ਨਹੀਂ ਖਾਦਾ। ਉਹ ਮੈਨੂੰ ਗੱਲ ਸੁਣ ਲਓ, ਕਿਤੇ ਮੇਰੇ ਨਾਲ ਤੁਸੀਂ ਵਿਆਹ ਸ਼ਾਦੀ 'ਚ ਇਕੱਠੇ ਹੋਏ ਹੋਵੋ? ਨਹੀਂ। ਕਿਤੇ ਗਲੀ ਮੁਹੱਲੇ 'ਚ ਮਿਲੇ ਹੋਵੋ? ਨਹੀਂ। ਕਦੀ ਨਮਾਜ਼ ਪੜ੍ਹ ਕੇ ਇੱਕ ਦੂਸਰੇ 'ਚ ਵੱਜੇ ਹੋਈਏ? ਨਹੀਂ। ਤੁਹਾਨੂੰ ਸ਼ਰਮ ਨਹੀਂ? ਮੈਂ ਤਾਂ ਤੁਹਾਨੂੰ ਕਿਤੇ ਮਿਲਿਆ ਹੀ ਨਹੀਂ, ਆਹ ਕਾਹਦੇ ਲਈ ਖਾਣ ਗਏ ਹੋ? ਅੱਧਾ ਘੰਟਾ ਪਹਿਲੇ ਮਿਲਿਆ ਨਹੀਂ ਤੁਹਾਨੂੰ? ਇਹਨੂੰ ਮਿਲਣ ਕਹਿੰਦੇ? ਫਿਰ ਤਾਂ ਆਪਾਂ ਬਹੁਤ ਬੰਦਿਆਂ ਨੂੰ ਮਿਲੀ ਦਾ ਦਿਹਾੜੀ, ਸਾਰੇ ਇੱਥੇ ਬੁਲਾ ਲਾ ਮੈਂ। ਲੋਕ ਨਾ ਕਰਦੇ ਕੀ, ਗਰੀਬ ਬੰਦੇ ਦਾ ਹੱਕ ਹੀ ਖਾ ਜਾਂਦੇ। ਤੇਰੀ ਗੱਲ ਦਾ ਮਜ਼ਾ ਆਇਆ, ਤੁਸੀਂ ਇਹ ਗੱਲ ਜ਼ਰੂਰ ਯਾਦ ਕੀਤੀ ਪਰ ਅਮਲ ਨਹੀਂ ਕੀਤਾ। ਮਜਾਲ ਆ, ਅਸੀਂ ਕਦੀ ਕਿਸੇ ਦੀ ਕੋਈ ਚੀਜ਼ ਨੂੰ ਹੱਥ ਵੀ ਲਾਇਆ ਹੋਵੇ ਨਾ ਛੋਟੇ ਭਾਈ ਨਾ, ਤੇ ਇਹਨਾਂ ਦੀ ਸ਼ਾਰਟ ਚੈੱਕ ਕਰਨ ਡੇ ਘੜੀ ਘੜੀ ਨਾ ਛੋਟੇ ਭਾਈ। ਅੱਛਾ ਤੁਸੀਂ ਇਹ ਕੀ ਆ ਹਾਂਡੀ? ਤੇਰੀਆਂ ਬਾਹਾਂ ਛੋਟੀਆਂ, ਘੁੰਮ ਕੇ ਆ ਜਾ। ਇਹ ਜਿਹੜੀ ਹਾਂਡੀ ਰੱਖੀ ਆ, ਤੇ ਆ ਹਾਂਡੀ ਮੈਂ ਤੇਰੇ ਮੂੰਹ ਤੇ ਰੱਖ ਦੇਣੀ, ਇੱਥੇ ਗੂਗਲ ਨੂੰ ਧੂਆਂ ਵੀ ਦੇ ਲੈਣੇ। ਹੈ ਗੂਗਲ ਨੂੰ ਧੂਆਂ ਦਾਂਗਾ, ਇਹ ਤਾਂ ਹੀ ਚਿੜੀਆਂ ਨੱਸਣੀ ਇੱਥੋਂ। ਯਾਰ ਵੈਸੇ ਗੱਲਾਂ ਨਹੀਂ ਆ ਗੱਲਾਂ, ਮਿੱਠੇ ਚਨੇ ਤੇਰੇ ਬੜੇ ਮਜ਼ੇਦਾਰ। ਅੱਛਾ ਇੱਧਰ ਆ ਜਾ ਫਿਰ, ਤੂੰ ਨਾ ਰੱਜੀ, ਤੂੰ ਨਾ ਰੱਜੀ। ਤੈਨੂੰ ਮੈਂ ਕਿਹਾ ਅਸੀਂ ਚੱਲੇ ਆ ਲਾਲਪੁਰ ਦਾਰੀ ਅੱਡੇ, ਤੈਨੂੰ ਰੁਝਾ ਕੇ ਜਾਊਂ। ਬਜ਼ੁਰਗ ਬੈਠੇ ਨੇ, ਬਜ਼ੁਰਗਾਂ ਨੇ ਕੁਛ ਕਿਹਾ ਤੈਨੂੰ? ਹਾਂ ਭੁਖਾਈ ਰਹੀ ਸਾਰੀ ਜ਼ਿੰਦਗੀ ਦਾ ਭੁਖਾ ਤੂੰ। ਯਾ ਯਾਰ ਮੈਂ ਤੇਰਾ ਮੂੰਹ ਫੁੱਲਿਆ ਹੀ ਵੇਖਿਆ ਜਦੋਂ ਵੀ ਲੱਗਾ, ਤੂੰ ਮੈਨਾਂ ਲੜਦਾ ਹੀ ਰਹੀਂ, ਲੜਦਾ ਹੀ ਦੇਖਿਆ ਤੈਨੂੰ, ਲੜਦਾ ਹੀ ਰਹੀਂ ਤੂੰ। ਕਾਕਾ ਤੁਹਾਡਾ ਇਹ ਗੱਲ ਹੈ ਵਾ, ਤੁਹਾਡਾ ਆਪਸ 'ਚ ਖਾਣ ਪੀਣ 'ਚ ਇਤਫਾਕ ਬਹੁਤ ਆ। ਓਏ ਲੱਗ ਜਾ ਚੱਲ, ਇਹ ਗੱਲ ਸੁਣੋ, ਉਹ ਤੇਰੀ 20 ਕਿਲੋ ਇਹ ਕਰੋ, ਹੈ 20 ਕਿਲੋ ਇਹ ਕਰੋ, ਹੈ ਨਹੀਂ 10 ਕਿਲੋ ਉਹ ਕਰੋ।
ਚਾਰ ਕਿਲ ਕੀ ਹੋ ਗਿਆ? ਪਾਨ ਵੀ ਰੱਖੇ ਤੁਸੀਂ ਤਾਂ ਪਾਈ ਇਹਨਾਂ ਚ ਪਾਨ ਹੁਣੇ ਹੀ ਉਹ ਪਾਈ ਇਹਨਾਂ ਦੇ ਵਿੱਚ ਚਨੇ ਪਾ ਕੇ ਦੇਈਦੇ ਆ ਇਹ ਚ ਹਲਕਾ ਬਰਾਬਰ ਮੈਂ ਤੇਰੇ ਜਦੋਂ ਕੰਨ ਤੇ ਹਲਕੀ ਜੀ ਮਾਰੀ ਤੈਨੂੰ ਆਪੇ ਪਤਾ ਲੱਗ ਜਾਣਾ ਅੱਛਾ ਇਹ ਵੀ ਠੀਕ ਆ ਵੈਸੇ ਇਹ ਵੀ ਠੀਕ ਆ ਉੱਥੇ ਕੁਲਾਂ ਤੇ ਨਾ ਲੋਕੀ ਬੁੱਕਾ ਭਰ ਕੇ ਲੈ ਜਾਂਦੇ ਆ ਕੁਲੀ ਇੰਜ ਭਰ ਕੇ ਨਾ ਕੱਲੇ ਕੱਲੇ ਬੰਦੇ ਨੂੰ ਫੜਾਈ ਜਾਣੇ ਇਹ ਜਿਹੜਾ ਮਰਿਆ ਉਹਦੇ ਨੱਕ 'ਚ ਦੇ ਦੇਣੀਆਂ ਸਾਰੀਆਂ ਹੀ ਮੈਂ ਉਹ ਚੱਲ ਛੱਡ ਚੱਲ ਚੁੱਕ ਫੜ ਤੁਸੀਂ ਤਮਾਸ਼ਾ ਬਣਾਤਾ ਨਾ ਹੋਇਆ ਸ਼ਰਮ ਆਣੀ ਤੁਸੀਂ ਇੱਕ ਗਰੀਬ ਆਦਮੀ ਦਾ ਚੁੱਕ ਚੁੱਕ ਸੌਦਾ ਕਰਨਾ ਓਏ ਬੰਦੇ ਨੂੰ ਇੱਕ ਦੂਵੇ ਦੇ ਕੰਮ ਆਉਣਾ ਚਾਹੀਦਾ ਕਾਕਾ ਜਿੰਨਾ ਤੂੰ ਕੰਮ ਆ ਗਿਆ ਮੇਰੇ ਤੇ ਕੱਖ ਵੀ ਨਹੀਂ ਰਹਿਣਾ ਤੇਰਾ ਪੇੜਾ ਪੇੜਾ ਗਰਗ ਹੋ ਜਾਣਾ ਮੈਂ ਬੱਚਿਆਂ ਲਈ ਕੀ ਲਾ ਕੇ ਜਾਣਾ ਮੈਂ ਜਿੰਨੇ ਖਾਣਾ ਆਪਣਾ ਨਸੀਬ ਖਾਣਾ ਕਿਸੇ ਦਾ ਕੀ ਖਾ ਜਾ ਉਹ ਗੱਲ ਮੇਰੀ ਸੁਣ ਉਹ ਤੂੰ ਨਸੀਬ ਤੋਂ ਜ਼ਿਆਦਾ ਖਾ ਗਿਆ ਤੇਰੇ ਨੇ ਨਸੀਬਾਂ ਦੇ ਹੈ ਨਹੀਂ ਸੀ ਜਿੰਨਾ ਤੂੰ ਖਾ ਗਿਆ ਉਹ ਖੇਤ ਉਹ ਮੇਰੀ ਗੱਲ ਸੁਣ ਰਿਜ਼ਕ ਦਾ ਵਾਦਾ ਜਿਹੜਾ ਨੇ ਰਿਜ਼ਕ ਦਾ ਵਾਦਾ ਅੱਲਾ ਨੇ ਕੀਤਾ ਅੱਲਾ ਨੇ ਵਾਦਾ ਕੀਤਾ ਨਾ ਜੋ ਚਲੋ ਨਿਕਲੋ ਮੈਂ ਤੁਹਾਡੇ ਚਲੋ ਨਿਕਲੋ ਤੁਹਾਡਾ ਬੇੜਾ ਗਰਕ ਹੋਵੇ ਤੇਰਾ ਬੇੜਾ ਗਰਕ ਹੋਣਾ ਤੁਹਾਡਾ ਖਾਣਾ ਖਰਾਬ ਹੋਣਾ ਗਰਕ ਕਰ ਦਿੱਤਾ ਦੀ ਦੁਕਾਨ ਤੂੰ ਵੀ ਚੱਲੇ ਚਲੋ ਏਡਾ ਤੂੰ ਮੇਰਾ ਕੋਈ ਰਿਸ਼ਤੇਦਾਰ ਨਿਕਲ ਬਾਰੇ ਤੂੰ ਕੋਈ ਹਜ਼ਾਰ ਸ਼ਰਮ ਹੈ ਤੁਹਾਨੂੰ ਚਲ ਇੱਕ ਬੁੱਕ ਲੈ ਲਓ ਇੱਕ ਬੁੱਕ ਲੈ ਲੈ ਰੱਖ ਲਿਆ ਉਹ ਤੇ ਨਿਕਲ ਕੋਈ ਹਜ਼ਾਰ ਸ਼ਰਮ ਹੀ ਹੈ ਨਹੀਂ ਯਾਰ ਨਾ ਬੰਦੇ ਥੋੜਾ ਜਿਹਾ ਤੈਨੂੰ ਖਾਣਾ ਦੇ ਦੇਵਾਂ